ਅਸਲਾਮ ਅਲੈਕੁਮ ਕੀ ਹਾਲ ਚਾਲ ਜੀ? ਠੀਕ ਠਾਕ। ਕੀ ਨਾਂ ਆਪਣਾ? ਮੁਹੰਮਦ ਹਨੀਫ। ਮੁਹੰਮਦ ਹਨੀਫ ਸਾਹਿਬ, ਤੁਹਾਡੇ ਅੱਬਾ ਜੀ ਦਾ ਕੀ ਨਾਂ? ਤੁਹਾਡੇ ਅੱਬਾ ਜੀ ਦਾ ਵਾਲਦ ਦਾ? ਮੁਹੰਮਦ ਇਸਮਾਇਲ। ਮੁਹੰਮਦ ਇਸਮਾਇਲ। ਅੱਛਾ, ਇਹ ਦੱਸੋ ਵੀ ਤੁਸੀਂ ਇਸ ਵਕਤ ਕਿਹੜੇ ਪਿੰਡ ਬੈਠੇ ਹੋ? ਇਸ ਵਕਤ ਕਿਹੜੇ ਪਿੰਡ ਬੈਠੇ ਹੋ? 351 ਨਾਗਰਾ। ਨਾਗਰਾ। ਤੇ ਪਿੱਛੇ ਦੇਸਾਂ 'ਚ ਪਿੰਡ ਕਿਹੜਾ ਸੀਗਾ? ਕੂਮ। ਕੂਮ ਜ਼ਿਲ੍ਹਾ ਲੁਧਿਆਣਾ। ਕੂਮ ਕਦਾਂ? ਇਹ ਕੂਮ ਦੇ ਜਿਹੜਾ ਪਿੰਡ ਸੀਗਾ, ਇਹ ਸਾਰਾ ਮੁਸਲਮਾਨਾਂ ਦਾ ਸੀ? ਹੈਂ? ਸਾਰਾ ਮੁਸਲਮਾਨਾਂ ਦਾ ਸੀ ਪਿੰਡ? ਸਾਰਾ ਮਕਲਾੜਾ ਦੇ ਘਰ ਦੇ ਥੋੜ੍ਹੇ ਦੇ ਵਿੱਚ। ਅੱਛਾ। ਅਤੇ ਮਹਾਰਾਜ ਬਾਕੀ ਸਾਡਾ ਰਾਜਪੂਤਾਂ ਸਾਰਾ ਪਿੰਡ ਦਾ। ਅੱਛਾ, ਅਤੇ ਰਾਜਪੂਤਾਂ ਦੀ ਕਿਹੜੀ ਗੋਤ ਬੈਠੀ ਸੀ ਉੱਥੇ? ਅਸੀਂ ਸਦਾਨੇ ਕੋਸਲਸ ਹਾਂ ਜੀ। ਹਾਂਜੀ, ਕੋਸਲਸ। ਕੋਸਲਸ। ਅੱਛਾ, ਅਤੇ ਇਹ ਦੱਸੋ ਵੀ ਉੱਥੇ ਜਿਹੜਾ ਤੁਸੀਂ ਕਹਿ ਰਹੇ ਜਿਹੜੇ ਥੋੜ੍ਹੇ ਜਿਹੇ ਘਰ ਜਿਹੜੇ ਥੋੜ੍ਹੇ ਜਿਹੇ ਘਰ ਹਿੰਦੂਆਂ ਦੇ ਸੀਗੇ, ਹਾਂ, ਉਹਨਾਂ ਦੇ ਕੋਈ ਨਾਂ ਯਾਦ ਪੈਂਦੇ ਆ? ਆਹੋ, ਦੱਸੋ ਤਾਂ। ਹੈਂ? ਦੱਸੋ। ਰੱਖਾ ਬਾਹਮਣ ਦਾ। ਅੱਛਾ। ਬਾਰੂ। ਬਾਲਮ ਕੰਦ। ਅੱਛਾ। ਹੈਂ? ਕਿਰਪਾ। ਅੱਛਾ, ਇਹ ਨਾਂ ਤੇ ਕਾਫੀ ਨਾਂ ਇਹ ਜਿਹੇ, ਹੋਰ ਦੋ ਤਿੰਨ ਨਾਂ, ਚਾਰ ਪੰਜ ਮੇਰੇ ਯਾਦ ਹਨ, ਬਾਕੀ ਚਮਾਰ ਤੇ। ਅੱਛਾ, ਉਹਨਾਂ ਦੇ ਚਮਾਰਾਂ ਦੇ ਕੋਈ ਮੁੰਡਿਆਂ ਦੇ ਨਾਂ ਯਾਦ ਪੈਂਦੇ? ਆਹੋ, ਫੁੰਮਣ ਬਾਬੂ, ਉਹ ਵੀ ਬਾਬੂ। ਅੱਛਾ, ਹੈ ਜੀ। ਤੇ ਗਾਈਆ ਚੂੜੇ ਤੇ, ਉਹ ਵੀ ਮਨਸਾ। ਅੱਛਾ, ਚਾਨਣ, ਇਹ ਚੂੜੇ ਨਾ ਉਹਦੇ। ਅੱਛਾ, ਇਹ ਦੱਸੋ ਵੀ ਜਿਹੜਾ ਕੂਮ ਵਿੱਚ ਆਪਣਾ ਘਰ ਸੀਗਾ, ਹਾਂ, ਤੁਹਾਡਾ ਜਿਹੜਾ ਘਰ ਸੀਗਾ ਕੂਮ ਦੇ ਵਿੱਚ, ਆਪਣਾ ਲੱਭ ਲਓਗੇ ਘਰ? ਪੌੜੀ ਕੋਠੇ ਬਣ ਕੇ ਚੜ੍ਹਦੀ, ਉੱਪਰ ਇੱਕ ਚਵਾੜਾ ਦਾ ਇਸ ਕੋਠੇ ਦੇ, ਬਾਕੀ ਐਂ ਕੋਠੇ ਦੇ ਵਿਹੜਾ ਇੱਥੇ ਦਾ। ਅੱਛਾ, ਤੇ ਇੱਕ ਚਵਾੜਾ ਹੁਣ ਪਾਇਆ ਤਾਂ ਉਹ ਉੱਥੇ ਪੌੜੀ ਕੱਢੀ ਸੀ ਉਲਝਣ ਦੇ ਪਹਿਲਾਂ। ਅੱਛਾ, ਦੋ ਚਵਾੜੇ ਤੇ ਤੇ ਦੋ ਪੌੜੀਆਂ ਹੋ ਗਈਆਂ ਜੀ, ਉਜੜਨ ਦੇ ਪਹਿਲਾਂ ਪਹਿਲਾਂ ਇੱਕੋ ਸੀ। ਅੱਛਾ, ਖੂਹੀ ਉੱਥੇ ਗੱਬੇ, ਇੱਧਰ ਜੀ ਚਾਰ ਘਰਦਿਆਂ ਇਕੱਠੇ, ਨੁੱਕ ਦੇ ਚਾਹਾਂ ਦੇ ਬਜਾਲੇ। ਅੱਛਾ, ਫਿਰ ਤਾਂ ਤੁਹਾਡੀ ਵੀ ਵੱਡੀ ਸਾਰੀ ਹਵੇਲੀ ਹੋਣੀ ਹੈ, ਫਾਟਕ ਵਾਲੀ ਹਵੇਲੀ ਪਰੇ ਦੀ ਮਾਲ ਦੀ, ਉਹ ਬੜੀ ਦੁਕਾਨ ਵੀ ਸੀ ਹਵੇਲੀ ਮਾਲ ਦਾ ਉੱਥੇ, ਉਹ ਪਰੇ ਸੀ। ਅੱਛਾ, ਉਹ ਪਿੰਡ ਦੇ ਗਹਾਨ ਕੁੰਡੀ ਇਹ ਮਕਾਨ ਬਸੋ ਇੱਧਰ ਸੀ, ਉਹ ਪਰੇ ਦੀ ਥੋੜ੍ਹੀ ਜਿਹੀ ਪਿੰਡ ਸੀ। ਅੱਛਾ, ਹਵੇਲੀ ਉਹ ਵੀ ਮੇਰੀ ਅੱਖਾਂ ਮੂਹਰੇ ਉਵੇਂ ਫਿਰਦੀ ਆ, ਵਿਆਹ ਗਲੀ ਜਾਂਦੀ, ਐਂ ਦੀ ਜਾਂਦੇ ਆਉਂਦੀ ਜਾਂਦੇ। ਅੱਛਾ, ਤੇ ਇਹ ਕੂਮ ਕਲਾਂ ਦੇ ਨੇੜੇ ਤੇੜੇ ਕੋਈ ਪਿੰਡਾਂ ਦੇ ਨਾਂ ਦੱਸੋ ਤਾਂ? ਸਾਰੇ ਸਿੱਖਾਂ ਦੇ ਪਿੰਡ, ਇੱਕ ਤਾਂ ਰਾਈਆਂ ਦਾ। ਅੱਛਾ, ਇੱਕ ਆਪਣੇ ਭਾਗਪੁਰ, ਹਾਂ, ਪਜੇਟੇ। ਅੱਛਾ, ਟੇਢੇ ਵਾਲੇ ਰਾਂਝੇ ਸਿੱਖਾਂ ਦੇ ਪਿੰਡ ਦੇ, ਹਾਂ, ਟੇਢੇ ਵਾਲੇ ਥੋੜ੍ਹੇ ਰਾਂਝੇ। ਅੱਛਾ, ਹੈਂਜੀ, ਤੇ ਖੇਡੇ ਵਾਲ ਤੇ ਪਲੇਟੇ ਤੇ ਆਪਣਾ ਰਾਜਾ ਪਿੰਡ ਬਹੁਤ ਬੜਾ ਸਿੱਖਾਂ ਦਾ, ਭਾਗਪੁਰ ਹੈ ਜੀ। ਅੱਛਾ, ਤੇ ਬੜੇ ਉੱਪਰ ਜਾ ਕੇ ਹੋਰ ਪਿੰਡ ਦੇ ਚੱਕ ਬਗਲੀ ਹੈ ਜੀ, ਰਤਨਗੜ੍ਹ। ਹੈਂ? ਰਤਨਗੜ੍ਹ ਤਾਂ ਸਿੱਖਾਂ ਦੇ ਪਿੰਡ, ਮੁਸਲਮਾਨ ਰਤਨਗੜ੍ਹ, ਰਤਨਗੜ੍ਹ ਕਹਿੰਦਾ ਉਹ ਵੀ ਕੋਲ ਉਹ ਰਤਨਗੜ੍ਹ ਤਾਂ ਸਾਡੇ ਇਹ ਤਾਂ ਬੇਟ ਦੇ ਨੇ ਟਾਹਜਮੈਨ ਸਿੱਖਾਂ ਵੱਲ ਜਾਂਦੇ, ਇੱਧਰ ਸਿੱਖ ਨਾ ਹੋ ਸਕੇ ਤੇ ਪਿਛਲੇ ਪਾਸੇ ਜੀ ਕੋ ਬੈਠੇ ਆਪਾਂ ਨਿਆਣੀ ਰਤਨਗੜ੍ਹ ਤੇ ਆਪਣਾ ਚੌਂਤੇ ਚ ਕੋ ਰਜਬੂਤ ਤੇ ਗਾਹਾਂ ਹੈਦਰ ਨਗਰ ਬੋੜੇ ਵੀ ਗੁਜਰ ਤੇ ਗੁਜਰਾਲ ਦਾ ਪਿੰਡ, ਗੁਜਰਾਂ ਦਾ ਭੈਣੀਆਂ, ਇਹ ਸਾਰੇ ਕਮੈਤ ਦੁਆਬਾ ਹੈ ਜੀ, ਤੇ ਮੇਦੋਂ ਇਹ ਪਿੰਡ ਗੁਜਰਾਂ ਦੇ ਤੇ। ਅੱਛਾ, ਜੱਟਾਂ ਦਾ ਤਾਂ ਬਲੀਆਲ ਅੜੇ ਸ਼ੇਰੂ ਚ ਬੈਠੇ ਨੇ। ਅੱਛਾ, ਹੈ ਜੀ, ਫੇਰੀਆਂ, ਬੂਥਗੜ੍ਹ, ਫਤਿਹਗੜ੍ਹ ਤੇ ਆਪਣਾ ਫਤਿਹਗੜ੍ਹ ਦਾ ਦੂ ਹੋ ਗਿਆ ਗਹਿਰੇ ਆਲ, ਇਹ ਪਿੰਡ ਪੰਜ ਸੱਤ ਇੱਧਰ ਜੱਟਾਂ ਮੁਸਲਮਾਨਾਂ ਦੇ, ਇਹ ਬੇਟ ਤੇ ਇਹਨਾਂ ਹਿੰਦੂ ਨਸ ਇੱਧਰ ਸਾਡੇ ਵੱਲ ਕੋਈ। ਅੱਛਾ, ਸਾਡੀ ਜਿਹੜੀ ਧਰਤੀ ਜਿਵੇਂ ਉਸ ਜਗ੍ਹਾ ਦੀ ਨਾ, ਉਹ ਸੱਤ ਤੋਂ ਸੱਤ 2 ਮੀਲ ਪਰ ਦਾ ਪਰੇ। ਅੱਛਾ, ਦਰਿਆ ਸਾਡੇ ਕੋਲ ਇੱਕ ਨਹਿਰ ਦੀ ਜਿਹੜੀ ਗਾਹ ਸਾਡੀ ਚੱਲਦੀ ਹੈ। ਅੱਛਾ,
ਇਹ ਬੁੱਢਾ ਕਹਿੰਦੇ ਇਧਰ ਪਰਜਾ ਦਾ ਪਾਣੀ ਜ਼ਿਆਦਾ ਹੁੰਦਾ ਨਹੀਂ ਪਾਣੀ ਉਹ ਪਾਣੀ ਇੱਧਰ ਹੁੰਦਾ ਚਾਰ ਪੰਜ ਮੀਲ ਸੱਤ ਮੀਲ ਦੇ ਵਿੱਚ ਮੁਸਲਮਾਨ ਨੇ ਤੇ 50 ਮੀਲ ਦੀ ਚੜਾਈ ਸੀ ਸਾਡੀ ਮੈਂ 7 ਮੀਲ ਦੀ ਚੜਾਈ 50 ਮੀਲ ਦੀ ਲੰਬਾਈ ਰੋਪੜ ਦੇ ਲਾ ਕੇ ਫਲੋਰ ਤੱਕ ਸਭ ਮੁਸਲਮਾਨ ਦੇ ਪਾਰ ਰਾਰ ਸਿੱਖ ਐਵੇਂ ਮੋਮਨ ਕੋਈ ਪਿੰਡ ਹੋਊਗਾ ਜਿਹੜਾ ਪਿਛਲਾ ਪਾਸਾ ਮੈਂ ਤੈਨੂੰ ਗੁਣਿਆ ਹਜ ਕੋ 50 ਸਾਡਾ ਇਹ ਸਾਰੇ ਪਿੰਡ ਸਿੱਖਾਂ ਦੇ ਲਾਗ ਲਾਗ ਇਹ ਲੈਣ ਜਿਹੜੀ ਜਾਂਦੀ ਰੋਪੜ ਦਾ ਅੰਬਾਲੇ ਦੇ ਵਿੱਚ ਫਲੋਰ ਸੀ ਜਲੰਧਰ ਚ ਉਹ ਚਾਰੇ ਜਿਹੜੇ ਐ ਤੇ ਇਹ ਆਹਦਾ ਹੁਸ਼ਿਆਰਪੁਰ ਆਹ ਜਲੰਧਰ ਆਹ ਲੁਧਿਆਣਾ ਆਹ ਅੰਬਾਲਾ ਇਹ ਐ ਤੇ ਚਾਰੇ ਜਿਹੜੇ ਫਿਰ ਜਾ ਕੇ ਰੋਪੜ ਆਹ ਜਲੰਧਰ ਆ ਲੁਧਿਆਣਾ ਪਿਛੜ ਜਾਂਦੇ ਤੇ ਅੰਬਾਲਾ ਵਾਲੇ ਦੋਵੇਂ ਮਿਲ ਜਾਂਦੇ ਸੀਗੇ ਉੱਪਰ ਜਾ ਕੇ ਉਹ ਕਾਠਗੜ੍ਹ ਪਿੰਡ ਦੇ ਰਹਿ ਪਰ ਕਾਠਗੜ੍ਹ ਬਣਾ ਟੋਸਾ ਪਿੰਡ ਉੱਥੇ ਜਿਹੜੀ ਸਰ ਉਹ ਇੱਧਰ ਅੰਬਾਲਾ ਲੱਗਦਾ ਤਾਂ ਉੱਧਰ ਹੁਸ਼ਿਆਰਪੁਰ ਤੱਕ ਗੱਬੇ ਦੇ ਸਾਡੇ ਪਹਿਲਾਂ ਸਾਡੇ ਦੋ ਜ਼ਿਲ੍ਹੇ ਦੇ ਗੱਬੇ ਅਖੀਰਪੁਰ ਉੱਤੇ ਤੁਹਾਡੇ ਪਿੰਡ ਉੱਥੇ ਸਕੂਲ ਸੀਗਾ ਹੈ ਕੂਮ ਕਲਾਂ ਸਕੂਲ ਸੀਗਾ ਮੁੰਡਿਆਂ ਦਾ ਸਾਡੇ 8th ਜਮਾਤ ਦਾ 8th ਜਮਾਤ ਦਾ ਸਕੂਲ ਸੀਗਾ ਅੱਛਾ ਸਾਡੇ 8ਵਾਂ ਦਾ ਤੇ ਤੁਸੀਂ ਪੜ੍ਹਦੇ ਰਹੇ ਸਕੂਲੇ ਮੈਂ ਹਾਂ ਮੈਂ ਊਂ ਪੜ੍ਹ ਰਿਹਾ ਇੱਥੇ ਆ ਕੇ ਪੜ੍ਹਿਆ ਸੀ ਸਾਧ ਮੈਂ 16-17 ਸਾਲ ਦਾ ਠੋਗਿਆ ਸਾਡਾ ਬਾਪ ਜ਼ੈਲਦਾਰ ਤਾਂ ਨੰਬਰਦਾਰ ਮਾਸਟਰ ਇਹਨਾਂ ਦਬਕਣਾ ਮੈਂ ਭੱਜਣਾ ਬਾਹਰ ਮਾਲ ਖੁੱਲ੍ਹਾ ਇੱਧਰ ਫਿਰਦਾ ਘੋੜੀਆਂ ਫਿਰਦਾ ਇੱਧਰ ਚੱਲ ਜਾਣਾ ਬੇੜ 'ਚ ਫਿਰਦੇ ਰਹਿਣਾ ਆਜ਼ਾਦ ਉਹ ਦੂਏ ਮੇਰੇ ਅਸੀਂ 5 ਭਾਈ ਹੈ ਦੂਏ 3 ਭਾਈ ਪੜ੍ਹੇ ਤੇ 8-8 ਜਮਾਤਾਂ ਹੈ ਜੀ ਭਾਈ ਕੁਰਾਨ ਪਾਕ ਵੀ ਇਧਰ ਆ ਕੇ ਪੜ੍ਹ ਹੋਇਆ ਉਧਰ ਅਲਫਲਾਮ ਦਾ ਸਫਾਰਾ ਥੋੜਾ ਜਿਹਾ ਪੜ੍ਹਿਆ ਫਿਰ ਆਊਗਾ ਕੋਈ ਲੱਗ ਜਾਣਾ ਕਦੇ ਭੱਜ ਜਾਣਾ ਨਹੀਂ ਕੋਈ ਮੁੰਡੇ ਦੀ ਆਦਤ ਹੁੰਦੀ ਹੈ ਇੱਧਰ ਆ ਕੇ ਕੁਰਾਨ ਪਾਕ ਪੜ੍ਹੇ ਤਰਜਮੇ ਨਾਲ ਹੈ ਜੀ ਤੇ ਉੱਥੇ ਜਿਹੜੇ ਤੁਹਾਡੇ ਉਹ ਸਕੂਲ ਦੇ ਜਿਹੜੇ ਮਾਸਟਰ ਸੀਗੇ ਹਾਂ ਸਾਰੇ ਮੁਸਲਮਾਨ ਸੀਗੇ ਮੁਸਲਮਾਨ ਦੇ ਸਾਰੇ ਸਾਡੇ ਅੱਛਾ ਤੇ ਇੱਥੇ ਦੇ ਤਜਗਰਾਮਾਂ ਦੇ ਅੱਛਾ ਹਾਂ ਉਹ ਇੱਥੇ ਸਾਡੇ ਵਿੱਚ ਰਹਿ ਗਿਆ ਇੱਥੇ ਰਹਿੰਦੇ ਮਾਸਟਰ ਉਹਦੇ ਨਿਆਣੇ ਸਿਆਣੇ ਆਪ ਤਾਂ ਮਰ ਗਿਆ ਸਿਆਣਾ ਦਾ ਨੂਰ ਮੁਹੰਮਦ ਹੈਡ ਮਾਸਟਰ ਇੱਕ ਫਤਿਹ ਮੁਹੰਮਦ ਹੁੰਦਾ ਤਾ ਇੱਕ ਮਲਕ ਤੇਲੀ ਖੈਰ ਦੀ ਹੁੰਦਾ ਤਾ ਹੈ ਜੀ ਤੇ ਇੱਕ ਤੇਰੀ ਬਲਾਏ ਰਾਈ ਉਹ 17 ਚ ਬੈਠਾ ਹੈ ਤੁਸੀਂ ਰਾਈ ਹੋ ਨਹੀਂ ਹਾਂ ਅਸੀਂ ਪੁੱਟੇ ਆ ਹੈ ਪੁੱਟੇ ਪੁੱਟੇ ਅੱਛਾ ਇਹ 17 ਚ ਇੱਕ ਰਹਿੰਦਾ ਮਾਸਟਰ ਸਾਡੇ ਇੱਥੇ ਵੀ ਸੁੰਦਰ ਇਹ ਜਗਰਾਵਾਂ ਦਾ ਅੱਛਾ ਚਲੋ ਖੈਰ ਆਪ ਤਾਂ ਆਪਣੀ ਗੱਲ ਕਰਦੇ ਹੈ ਜੀ ਆਪਣੀ ਗੱਲ ਕਰਦੇ ਆ ਅੱਛਾ ਜਿਹੜਾ ਕੂਮ ਕਲਾਂ ਸੀਗਾ ਹਾਂ ਇਹ ਕਿੱਡਾ ਕੁ ਪਿੰਡ ਸੀਗਾ ਬੜਾ ਬਹੁਤ ਬੜਾ ਦਿਆਣੀ ਪਿੰਡ ਰਾਜਪੂਤਾਂ ਦੇ ਬਿਮਾਰ ਹਜ਼ੂਰ ਇਧਰਲੇ ਪਾਸੇ ਉਹ 5-7 ਪਿੰਡ ਸੀ ਇੱਧਰ ਗਦੋਵਾਲ ਮੇਲੋਂ ਧਨਾਣਸੂ ਸਾਰਿਆਂ ਨੂੰ ਸਾਡਾ ਪਿੰਡ 10-20 ਪਿੰਡਾਂ ਨਾਲੋਂ ਲੁਧਿਆਣਾ ਸਾਡੇ 10 ਮੀਲ ਪੈ ਇਸ ਬੰਨੇ ਆਏ ਸੱਤ ਪਰ ਇੱਧਰ ਅਸੀਂ ਕੰਢੇ ਪਏ ਦਰਿਆ ਦੇ ਇਹ ਪਿੰਡ ਵੀ ਕੰਢੇ ਕੰਢੇ ਆਉਂਦੇ ਸੀ ਇੱਦਾਂ ਕਿੰਨੇ ਕੁ ਨੰਬਰਦਾਰ ਸੀ ਤੁਹਾਡੇ ਪਿੰਡ ਦੇ ਹੈ ਕਿੰਨੇ ਨੰਬਰਦਾਰ ਸੀ ਤੁਹਾਡੇ ਪਿੰਡ ਦੇ 4 ਉਹਨਾਂ ਦੇ ਨਾਂ ਤੇ ਦੱਸੋ 9 ਇੱਕ ਅਕਵਾਲ ਅੱਛਾ ਇੱਕ ਨਿਆਮਤ ਇੱਕ ਬਲੈਤ ਅੱਛਾ ਇੱਕ ਅਸਮਾਈ ਸਾਡਾ ਬਾਪ ਜ਼ੈਲਦਾਰ ਦਾ 2 ਨਾਲ ਛੋਟੀ ਕੂਮਤੀ ਉਹਦੇ 'ਚ ਵੀ 2 ਨੰਬਰਦਾਰ ਸੀ ਅੱਛਾ ਉਹ ਛੋਟਾ ਜਿਹਾ ਤਰਜ ਉੱਠ ਕੇ ਗਏ ਸਾਡੇ ਭਾਈ ਕੋਈ 5-4 ਪੁਸਤੇ ਉਹ ਇੱਕ ਮਰਦੇ ਕਿਹਦਾ ਫਰਕ ਤਾਂ ਉਹਨੂੰ ਛੋਟੀ ਘੂਮ ਕਹਿੰਦੇ ਤੇ ਠੀਕ ਹੈ ਜੀ ਉਹਦੇ 2 ਉਹਦੇ ਤੇ 6 ਤੇ ਦੋਵਾਂ ਪਿੰਡਾਂ 'ਚ ਅੱਛਾ ਤੇ ਤੁਹਾਡੇ ਦਾਦਾ ਜੀ ਦਾ ਕੀ ਨਾਂ ਸੀਗਾ ਨਦੀ ਬਖਸ਼ ਤੇ ਦਾਦੀ ਦੇਖੀ ਤੁਸੀਂ ਨਹੀਂ ਦਾਦਾ ਵੀ ਨਹੀਂ ਦੇਖਿਆ ਅੱਛਾ ਦਾਦਾ ਵੀ ਨਹੀਂ ਦੇਖਿਆ ਤੇ ਦਾਦੀ ਵੀ ਨਹੀਂ ਦੇਖੀ ਨਹੀਂ ਉਹ ਦੇਖੇ 9 ਜਾਣਦਾ ਮੈਂ ਅੱਛਾ ਤੇ ਚਾਚੇ ਤਾਂ ਆਏ ਚਾਚਾ ਅਬਦੁਰਮਾਨ ਅੱਛਾ ਇੱਕ ਤਾਂ ਬਾਕੀ ਹੋਰ ਰਿਸ਼ਤੇਦਾਰ ਸਾਰੇ ਮਾਮੇ ਵੀ ਸਾਡੇ ਪਿੰਡ ਤੇ ਉਸੇ ਪਿੰਡ ਚ ਕੂਮ ਚ ਰਹਿੰਦੇ ਸੀਗੇ ਹੈਂ ਕੂਮ ਚ ਮਾਮੇ ਵੀ ਰਹਿੰਦੇ ਸੀਗੇ ਸਾਡੇ ਬਾਪ ਦੇ 3 ਵਿਆਹ ਤੇ ਅੱਛਾ ਪਹਿਲੇ ਵਿਆਹ ਦੀਆਂ 2-3 ਬੱਚੀਆਂ ਹੋਈਆਂ 2 ਵਿਆਹਾਂ ਦੇ ਵਿੱਚ ਇੱਕ ਇੱਕ ਅੱਛਾ ਇੱਕ 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 ਦੋ ਉਹ ਫਿਰ ਟੱਬਰ ਫੌਤ ਹੋ ਗਿਆ ਅੱਛਾ
ਫਿਰ ਇਹਨੇ ਪਿੰਡ ਚ ਬਾਵਾ ਤੇਰੀ ਉਮਰ ਚ ਹੋਊ ਮੈਨੂੰ ਸ਼ੱਕ ਹੈ, ਫਿਰ ਪਿੰਡ ਸ਼ਾਦੀ ਹੋਈ। ਅੱਛਾ। ਫਿਰ ਅਸੀਂ ਪੰਜੇ ਭਾਈ, ਮੈਂ ਸਾਰਿਆਂ ਨੂੰ ਛੋਟਾ ਹਾਂ, ਮੇਰੇ ਤਾਂ ਪੰਜ ਚਾਰੇ ਬੜੇ ਤੇ। ਫਿਰ ਪੰਜੇ ਭਾਈ ਹੋ ਅਸੀਂ। ਮਾਸ਼ਾਅੱਲਾ। ਹੈ ਜੀ, ਠੀਕ ਆ। ਨਾਨਕੇ ਇੱਥੇ ਤੇ, ਗੁਰਦੁਆਲਾ ਵੀ ਤੇ, ਕਟਾਲਾ ਪਿੰਡ ਦਾ ਇੱਧਰ ਉੱਥੇ ਵੀ ਤੇ, ਤਿੰਨ ਵਿਆਹ ਦੇ ਸਾਡੇ ਬਾਪ ਦੇ। ਬੜੀ ਮੌਜ ਸੀ ਉੱਥੇ ਹਿੰਦੁਸਤਾਨ ਚ, ਨਹੀਂ ਕੋਈ ਜਾਣੀ ਦੁਨੀਆਂ ਦਾ ਰੈਟ ਬਦਲ ਗਿਆ। ਅਸੀਂ ਲੈ ਕੇ ਚਲੇ ਗਏ ਮੱਝਾਂ ਤੇਰੇ ਜਾਂਦੇ ਬਾਹ ਫੈਕਟਰੀ ਚ, ਹਸਨ ਬਰਾਦ ਸਿੱਖ ਆਏ ਹੋਏ ਤੇ ਉੱਥੇ, ਹਸਨ ਬਰਾਦ ਬੜੇ ਕੋਲ ਹੈ, ਉੱਥੇ ਮੇਲਾ ਲੱਗਦਾ ਪੰਜਾ ਸਾਹਿਬ ਜੀ। ਉਹ ਸਾਨੂੰ ਜਿਹੜੇ ਸਾਡੇ ਬੰਦੇ ਰਿਸ਼ਤੇਦਾਰ ਸੀ ਨਾ, ਉਹ ਕਹਿਣਗੇ ਵੀ ਆਪਾਂ ਮੇਲਾ ਦੇਖ ਕੇ ਆਈਏ। ਅਸੀਂ ਸਵੇਰੇ ਚਲੇ ਗਏ, ਬਹਿ ਗਏ ਹੋਟਲ ਚ, ਉੱਥੇ ਸਿੱਖ ਵੀ ਬੈਠੇ ਰੋਲੇ ਮਿਲੇ, ਅਸੀਂ ਬੈਠੇ। ਉਹ ਮੈਨੂੰ ਤੇਰੇ ਬਾਰੇ ਸਾਡਾ ਬੰਦਾ ਕਹਿੰਦਾ ਵੀ ਉਹਦੇ ਮੇਰੇ ਬਾਰੇ ਢੂਹਾਂ ਦਾ ਪੁੱਛ ਵੀ ਕਿਹੜਾ ਜਿਹੜਾ ਕਿੱਥੇ ਦਾ ਸਿੱਖ ਹੈ। ਉਹ ਬੈਠਦੇ ਮੈਂ ਉਹਦੇ ਢੂਹਾਂ ਪਰ ਹੱਥ ਰੱਖਿਆ, ਮੈਂ ਕਿਹਾ ਸਰਦਾਰਾ ਕਿਹੜਾ ਜਿਹੜਾ ਹੈ, ਕਹਿੰਦੇ ਲੁਧਿਆਣਾ ਹੈ। ਮੈਂ ਕਿਹਾ ਕੁਰਬਾਨ ਹੈ ਫਿਰ ਤੁਹਾਡਾ ਜਿਹੜਾ। ਖੁਸ਼ ਹੋ ਗਿਆ। ਹਾਂ, ਉਹ ਪਿੰਡ ਅਕਲਾਹਾ, ਅਕਲਾਹਾ ਖੰਨੇ ਕੋਲ ਪਸੰਦ ਅਕਲਾਹਾ, ਉਹਨੇ ਦੱਸਿਆ ਅਕਲਾਹਾ। ਮੈਂ ਕਿਹਾ ਅਕਲਾਹਾ ਵੀ ਮੈਨੂੰ ਪਤਾ ਹੈ, ਕਹਿੰਦਾ ਦੇਖਿਆ ਤੇ ਤੂੰ ਕਹਿੰਦੇ ਬਸ ਆ ਮੇਲਾ ਦੇਖਣਾ ਆ ਅਸੀਂ ਵੀ ਤੁਸੀਂ। ਮੈਂ ਕਿਹਾ ਅਸੀਂ ਤਾਂ ਬੜੀ ਮੌਜ ਹੈ। ਮੈਂ ਕਿਹਾ ਮੈਂ ਮੰਝਾਂ ਦੋ ਟਰੱਕ, ਇੱਕ ਟਰੱਕ ਲਗਾਏ ਤੇ ਅਸੀਂ ਜਾਂਦੇ ਹੁੰਦੇ, ਛੇ ਸੱਤ ਮੰਝਾਂ ਖੜੀ ਹੁੰਦੀਆਂ। ਮੈਂ ਕਿਹਾ ਛੇ ਸੱਤ ਮੰਝਾਂ ਲਿਆਂਦੀਆਂ ਨਾ, ਅੱਗੇ ਤਾਂ ਕਿਰਾਇਆ ਵੀ ਨਹੀਂ ਸੁਣਦਾ। ਹੁਣ ਅਕਸਰ ਉਹਨਾਂ ਕਿਰਾਇਆ ਪਾਇਆ ਕਿਸੇ ਨੌਵਾਂ ਜਿਹੜਾ ਟੋਬੇ ਆਏ ਅਸੀਂ ਹੈ, ਨੌਵਾਂ ਜਿਹੜਾ ਹੈ ਤੇ ਮੰਝਾਂ ਦਾ ਕਿਰਾਇਆ ਪਾਇਆ ਰਕਮ ਵੀ ਭਰੀ ਹੈ, ਹੈਂ ਪੈਸਾ ਹੀ ਬਹੁਤ ਹੈ, ਮੌਜ ਵੀ ਪਈ ਹੈ। ਅਖੀਰ ਗੱਲਾਂ ਗੁੱਲਾਂ ਹੋਈਆਂ ਸਾਡੀਆਂ, ਸਿੱਖ ਨਾਲ ਹੱਸਦਾ ਉਹ ਕਹਿੰਦਾ ਮੈਂ ਤੁਹਾਡੇ ਪਿੰਡ ਦੇ ਬੰਦੇ ਸਾਡੇ ਬੈਠੇ ਨੇ। ਅੱਗੇ ਮੈਂ ਕਹਿੰਦਾ ਕੂਮ ਨੂੰ ਜਾਣਦਾ ਅਜਾੜੇ ਤੋਂ ਪਹਿਲਾਂ, ਇੱਕ ਭੈਣੀ ਸਾਹਿਬ ਸੀ ਕੂਕੇ ਸਾਡੇ ਨਾਲ ਰਾਈਆਂ ਦੇ ਕੋਲ ਬੜਾ, ਉੱਥੇ ਰੋਟੀ ਅੱਲਾ ਵਾਸਤੇ ਉਹ ਬੁੜੀ ਪਕਾ ਕੇ ਜਿੰਨਾ ਮਰਜ਼ੀ ਦੁਨੀਆਂ ਖਾਵੇ, ਕੜਾਹੇ 'ਚ ਘਾਟਾ ਬੰਦੇ ਤੇ ਨਹੀਂ ਵੀ। ਉਹ ਕਹਿਣ ਲੱਗੇ ਅੱਛਾ ਵੀ ਹੱਸਦੇ ਰਹਿ। ਉਹ ਪਿੱਛੋਂ ਜਾ ਉੱਠ ਕੇ ਤੁਰੇ ਨਾ, ਉਹ ਤਾਂ ਫਿਰ ਚਲੇ ਗਏ। ਅਸੀਂ ਵੀ ਉੱਠ ਕੇ ਚਾਹ ਚੂ ਪੀ ਕੇ ਉੱਠੇ। ਇੱਕ ਮੁੰਡੇ ਨੇ ਸਾਡੇ ਪਾਕਿਸਤਾਨ ਦੇ ਨੇ ਤਹੀਨ ਕਰਾ ਲਈ ਪਾਕਿਸਤਾਨ ਦੀ, ਤੇ ਸਮਝ ਆਈ। ਉਹ ਜਨਾਬ ਜ਼ਿਆਦਾ ਗੇਟ ਦਾ ਏਦਾਂ ਚੌੜਾ ਖੁੱਲਾ ਬਾਬਾ, ਮੇਰੇ ਨਾਲ ਦੇ ਬੰਦੇ ਲੰਘ ਹੈ ਮੂਹਰੇ ਇੱਕ ਸਿੱਖ ਬਹੁਤ, ਅਸੀਂ ਸਿਆਣਾ ਮੇਚੇ ਵੀ ਜ਼ਿਆਦਾ ਸਿਆਣਾ, ਉਹ ਕੁੜੀ ਉਹਦੀ ਪੋਤੀ ਹੋਊਗੀ ਨਾਲ, ਉਹ ਜਵਾਨ ਹੈ ਜੀ। ਤਾਂ ਜਦ ਉਹ ਗੇਟ ਦੇ ਵਿੱਚ ਬੜਾ ਪਹਿਰਾ ਲੰਘਿਆ, ਬੜਾ ਮੇਰੇ ਬਰਾਬਰ ਮੈਚ ਗੇਟ ਦੇ ਕੋਲ ਮੁੰਡਾ ਖੜਾ ਇੱਕ ਆਪਣਾ ਮੁਸਲਮਾਨਾਂ ਦਾ, ਉਹਨੇ ਕੁੜੀ ਸੋਡਾ ਪੀ ਲਈ ਬੋਤਲ, ਉਹਨੇ ਕੁੜੀ ਦੇ ਮੂੰਹ ਪਰ ਮਾਰੀ ਕੁੜੀ, ਹੈ ਕੁੜੀ ਖਮੋਸ਼ ਹੋ ਗਈ। ਜਦ ਨੂੰ ਉਹ ਬੰਦਾ ਜਿਹੜਾ ਸਿੱਖ ਦਾ ਮੈਂ ਇੱਛੇ ਦਾ ਸਿੱਖ ਨੇ ਪਿੱਛਾ ਮੁੜ ਗਏ, ਦੇਖਿਆ ਵੀ ਕਿ ਆ ਗਿਆ ਮਗਰ ਆਸਲ 'ਚ ਉਹ ਪਿੱਛਾ ਦੇਖਿਆ ਉਹ ਕੁੜੀ ਖਮੋਸ਼ ਕਰੀ। ਉਹਨੇ ਕਿਹਾ ਕਿਆ ਗੱਲ, ਉਹਨੇ ਕਿਹਾ ਬੰਦੇ ਮੇਰੇ ਮੂੰਹ ਪਰ ਕੁੜੀ ਮਾਰੀ, ਉਹਨੇ ਇੱਕ ਚਪੇੜ ਮਾਰੀ ਹੈ, ਦੋ ਮਾਰੀਆਂ, ਉਹ ਕੂਏ ਨਹੀਂ ਹੈਗਾ, ਸਿੱਖ ਚਲਾ ਗਿਆ। ਉਹ ਚਲਾਂਗਾ ਚਲੇ ਗਿਆ ਸਾਨੂੰ ਹੋਟਲ 'ਚ। ਮੈਂ ਉਹ ਮੁੰਡੇ ਨਾਲ ਲੜਿਆ ਪੁਲਿਸ ਦੀ ਸੀ ਵੀ ਸਦਾਈ ਤੂੰ ਸਾਡੀ ਸਾਰੇ ਪਾਕਿਸਤਾਨ ਦੀ ਤਹੀਨ ਕਰਾਤੇ ਹੈ ਗਾਲਮਾ, ਇਹਨੇ ਸਾਨੂੰ ਦੇਖਿਆ ਤਾਂ ਕੁੜੀ ਨੇ ਹਿੰਦੁਸਤਾਨ ਤੇ ਹੁਣ ਜੰਮੀ ਆ ਮਗਰੋਂ ਹੈ, ਇਹਨੇ ਕਿਹਾ ਮੁਸਲਿਆਂ ਦਾ ਕੀ ਹੈ, ਮੇਰੇ ਬਾਪੂ ਨੇ ਦੋ ਚਪੇੜਾ ਮਾਰੇ ਖੜਾ ਖਾ ਗਿਆ ਹੈ, ਉਹ ਅੱਬਲ ਦਾ ਤੇਰਾ ਫਰਜ ਕਿ ਥੱਕ ਨਾ ਸਕਾ ਜੋ ਤੂੰ ਕਰਿਆ ਕਰ ਲਿਆ, ਫਿਰ ਤੂੰ ਬਾਪ ਦਾ ਪੁੱਤ ਬਣਦਾ। ਮੈਂ ਕਿਹਾ ਬੜਾ ਇੱਕ ਬੜਾ ਲੱਤ ਮਤ ਸਾੜੀ ਲੱਤ ਪਾਕਿਸਤਾਨ
ਹੱਲੇ ਪੈਣ ਲੱਗ ਗਏ ਬਾਹਰ ਪਿੱਛੇ ਸਿੱਖ ਕਾਫਲਿਆਂ ਲੋਕਾਂ ਨੂੰ ਵੱਢਣ ਲੱਗ ਗਏ ਸਾਡੇ ਨਾਲ ਸਾਡੇ ਡਰਦੇ ਭੱਜਣ ਸਨ ਦੇਖ ਕੇ ਤਾਂ ਸਿੱਖ ਅਖੀਰ ਜਨਾਬ ਅਸੀਂ ਪਹਿਲੇ ਪੂਰੇ ਪਿੰਡ ਦੇ ਕੋਲ ਲਾ ਲਿਆ ਇੱਕ ਤੋਪ ਬਣਾ ਲਈ ਸਾਡੇ ਪਜੇਟਿਆਂ ਦੇ ਭਰਾਈ ਤੇ ਉਹ ਉਹਨਾਂ ਇੰਜਨ ਪੜ ਕੇ ਆਪਣੇ ਪਿੰਡ ਲੈ ਆਉਂਦਾ ਉਸ ਖਾਂ ਦੇ ਪਿੰਡ ਸੀ ਉਸਦੇ ਮਿਸਤਰੀ ਵੀ ਸਾਨੂੰ ਲੈ ਚੱਲੋ ਅਸੀਂ ਉਹਨੂੰ ਗੱਡੇ ਕਿ ਖਤਰਾ ਹੋ ਗਿਆ ਨਾ 20 ਦਿਨ ਪਹਿਲਾਂ ਵੀ ਸਾਡਾ ਇੰਜਨ ਉਂਜਨ ਪੜ ਕੇ ਲਿਆ ਉਹ ਪਟਾ ਲਓ ਸਿੱਖਾਂ ਕੋਲ ਉੱਥੋਂ ਸਾਡੇ ਡਰਦੇ ਤੇ ਸਿੱਖ ਅਸੀਂ ਉਹ ਪਿੰਡ ਲਿਆਂਦੇ ਉਹ ਸੇਖ ਬੜੇ ਹੁਸ਼ਿਆਰ ਕਾਰੀਗਰ ਉਹਨਾਂ ਨੇ ਜਿਹੜੇ ਸੇਮ ਦੇ ਹੁੰਦੇ ਨੇ ਪੁਲਾਂ ਪਰ ਨਾਲਾਂ ਉਹ ਜਨਾਬ ਨਾਲ ਲੈ ਕੇ ਉਹਦੀ ਲੱਤਾਂ ਲਾ ਕੇ ਤੋਪ ਮੰਗੋ ਇੰਨ ਬਣਾ ਲਈ ਵਿੱਚ ਬਰੂਦ ਰੂੜੀਆਂ ਪਾਤੀਆਂ ਰਾਪਰਾ ਜਿਹਾ ਹੈ ਪਿੱਛੇ ਦਾ ਜਾ ਕੇ ਜਾ ਪਿਆ ਦੜਾਕਾ ਪਾਟਣੀ ਦੀ ਆਮ ਇਲਾਕੇ ਚ ਹੋ ਗਈ ਨਾਕੂਮੀਆਂ ਕੋਲ ਤੋਪ ਹੈ ਬੜੀ ਵੀ ਤੋਪ ਲੈ ਚਲੋ ਫੇਰ ਉਹਨਾਂ ਨੇ ਜਨਾਬ ਬੜੀ ਦੁਨੀਆਂ ਮਾਰੀ ਬੜੇ ਲੋਕ ਸੁਣਦੇ ਰਹੇ ਫਲਾਣੇ ਉੱਪਰ ਲਿਆ ਪਿੱਛਾ ਮੈਂ ਤੈਨੂੰ ਦੱਸਿਆ ਪਿੰਡ ਪਿਛਲੇ ਪਾਸੇ ਅਸੀਂ ਚੁੱਪ ਕਰ ਲਿਆ ਫਿਰ ਸਾਡੇ ਰਾਜਾਂ ਦੇ ਉੱਪਰਲੇ ਪਾਸੇ ਤਿੰਨ ਪਿੰਡ ਮੁਸਲਮਾਨਾਂ ਦੇ ਸੀ ਮਾਨਗੜ ਮਾਜਰਾ ਹੀਰਾ ਆਪਣੇ ਅਸੀਂ ਬੈਠੇ ਹੋਰ ਮਾਨਗੜ ਮਾਜਰੇ ਕਈ ਸਨ ਜੱਟ ਮੁਸਲਮਾਨ ਇਹਨਾਂ ਨੂੰ ਜਨਾਬ ਉਹ ਦਿਨ ਦੇ 10 ਵਜੇ ਹੱਲਾ ਪੈ ਗਿਆ ਹੈ ਕੇਲਾ ਠਾਣ ਸਾਡਾ ਸਾਂਝਾ ਠਾਣਾ ਸਾਡਾ ਸਿੱਖ ਬਸ ਅਸੀਂ ਉੱਥੇ ਸਾਡੇ 2 ਕਮੀਤ ਵਾਰਡ ਸੀ ਉੱਪਰ ਆਵਾਜ਼ਾਂ ਸੁਣਦੀਆਂ ਰਹੀਆਂ ਅਖੀਰ ਜਵਾਨ ਜਵਾਨ ਬੰਦੇ ਘੋੜੀਆਂ ਲੈ ਕੇ ਤੁਰ ਪਏ ਉੱਥੇ ਨੂੰ ਪੰਜ ਚਾਰ ਘੋੜੀਆਂ ਵੀ ਚੜ ਗਏ ਜਦੋਂ ਹੇਠ ਨੂੰ ਉੱਥੋਂ ਮੁਸਲਮਾਨਾਂ ਵੱਲੋਂ ਉਹਦੇ ਰਾਜਾਂ ਦੇ ਸਿੱਖ ਹੋਣ ਉਹ ਫਾਇਰ ਕਰਨ ਪਿੱਛੇ ਡਰ ਕੇ ਭੱਜ ਜਾਣ ਇੱਧਰ ਭਾਗਵਤ ਪਿੰਡ ਦਾ ਗੱਬੇ ਦੀ ਰਸਤਾ ਤਾਂ ਉਹ ਗੱਬੇ ਤੇ ਉੱਥੋਂ ਉਹ ਨਾ ਲੰਘਣ ਦੇਣ ਨੀ ਉਹ ਡਰਦੇ ਐ ਦੋ ਪਨਾਹ ਲੈਂਦੇ ਤੇ ਜਾ ਕੇ ਅਖੀਰ ਵੀ ਆ ਗਿਆ ਫਿਰ ਸਾਡੇ ਬੰਦੇ ਚਲੇ ਗਏ ਘੋੜੀਆਂ ਲੈ ਕੇ ਜਵਾਨ 5-7 ਗਏ ਉਹ ਰਾਣੀ ਵਾਲੇ ਵੀ ਸਾਡੇ ਸਿੱਖ ਬਹੁਤ ਡਰਦੇ ਤੇ ਉਹ ਭਾਗਵਰੀ ਵੀ ਡਰਦੇ ਤੇ ਉਹ ਹਟ ਗਏ ਫਿਰ ਉਹ ਦੁਨੀਆਂ ਵਿੱਚ ਲੰਘੇ ਥੱਲੇ ਜਦੇ ਗਏ ਉੱਥੇ ਸਿਰੇ ਉੱਥੇ ਸਿੱਖ ਵੀ ਇਹਨਾਂ ਦੇਖਿਆ ਠੰਡਦਾਰ ਚਲਾਉਂਦਾ ਇਹਨਾਂ ਕਿ ਹੁਣ ਨਹੀਂ ਬਸਣ ਦਾ ਰਸਤਾ ਕੋਈ ਹੁਣ ਇੱਥੋਂ ਜਾਣਾ ਹੀ ਪੈਣਾ ਹੈ ਇਹ ਬੰਦੋਬਸਤ ਦਾ ਮੈਂ ਖੁਦ ਹੋਏ ਤਾਂ ਆਪ ਮਾਰ ਦੇਣਾ ਚਲੋ ਆ ਗਏ ਮੁੜ ਕੇ ਸਵੇਰ ਨੂੰ ਇਹਨਾਂ ਨੇ ਫਿਰ ਆਹ ਨੀ ਬਜਾਇਆ ਤੇਰੇ ਨਗਾਰੇ ਨਗੂਰੇ ਅਸੀਂ ਘੋੜੀਆਂ ਔਰ ਬੰਦੇ ਭੇਜਿਆ ਸੀ ਤੈਨੂੰ ਪਿੰਡ ਗੜਾਏ ਦੂਰ ਮੌਸਮ ਪਾਕਿਸਤਾਨ ਤੋਂ ਤਾਂ 7-50 ਦਵਾਈ ਘੋੜੀਆਂ ਬੰਦੇ ਭੇਜਦੇ ਵੀ ਲਿਆਓ ਵੀ ਹੱਲਾ ਕਰਿਆ ਭਾਗਪੁਰ ਮਾਰੀਏ ਆ ਗਏ ਜੀ ਲੋਕ ਮਸ਼ੀਨਾਂ ਦੇ ਗੰਡਾਸੇ ਲਵਾਏ ਤੇ ਬੰਦੂਕਾਂ ਦਾ ਤੋੜੇ ਦਾਰੇ ਦੀਆਂ ਇਹ ਤਾਂ ਬੰਦਾ ਜਾ ਕੇ ਫੜ ਲਵੇ ਜਦ ਸੀਖ ਲੈਣੀ ਜੇ ਦਿਖਲਾ ਜੂਗਾ ਜੀ ਅਖੀਰ ਉਹ ਅਸਰ ਬਾਅਦ ਫਿਰ ਤੁਰ ਪਏ ਉਹ ਪਿੰਡ ਉੱਚੇ ਥੋਂ ਤਾਂ ਸਾਡੇ ਉਹ ਦਰਿਆ ਦੇ ਨਾਲ ਢਾਲ ਸੀ ਉਹ ਪਿੰਡ ਦੇ ਕੋਲੋਂ 2 ਮਰੱਬੇ ਪਿੰਡ ਦਾ ਜਾ ਕੇ ਜੇ ਇੱਥੋਂ ਜਾਂਦੇ 2 ਮੀਲ ਤਾਂ ਸਿੱਧੇ ਚੜ੍ਹਦੇ ਉਹਨਾਂ ਦੇਖ ਲੈਣਾ ਭੱਜ ਜਾਣਾ ਤਾਂ ਪਿੰਡ ਨੇ ਅਸੀਂ ਨੀਵੇਂ ਨੀਵੇਂ ਜੀ ਹਾਂ ਕੋਲ ਚਲੇ ਗਏ 2 ਮਰੱਬਿਆਂ ਪਰ ਉੱਥੋਂ ਪੈਸੇ ਦੀ ਨਮਾਜ਼ ਸਾਡੇ ਮੌਲਵੀ ਨੇ ਪੜ੍ਹਾਈ ਸਭ ਦੁਨੀਆਂ ਨੇ ਉਹ ਉੱਥੇ ਜਿੱਥੇ ਗਾਹਾਂ ਜਿੱਥੇ ਪੜ੍ਹਨਾ ਬੋਲਣਾ ਤਾਂ ਨਮਾਜ਼ ਪੜ੍ਹੀ ਸਭ ਮੁਲਕ ਨੇ ਘਾਤ ਆ ਦਰਿਆ ਵਾ ਬੇਟ ਦੀ ਜ਼ਮੀਨ ਪਾਣੀ ਦਰਿਆ ਕੋਲ ਬੱਬੀ ਕਰਕੇ ਨਮਾਜ਼ ਪੜ੍ਹ ਕੇ ਫਿਰ ਬੰਮਾ ਅੱਲਾਹੁ ਅਕਬਰ ਦਾ ਨਾਰਾ ਪੈ ਗਿਆ ਭੱਜ ਕੇ ਭੇਜ ਲਿਆ ਪਿੰਡ ਬਣਦੇ ਸਾਰੇ ਇੱਕ ਵਿੱਚ ਨਿਕਲ ਗਿਆ ਭੱਜਦਿਆਂ ਨੜਦਿਆਂ ਘੋੜੀ ਅਬਲ ਕਾਲਾ ਸਿੱਖ ਅਸੀਂ ਇਸ ਪਾਸ ਬਣੇ ਉਹ ਨੁਕਲ ਤੋਂ ਉੱਧਰ ਦੁਕਾਨ ਪਿੰਡੋਂ ਬਣ ਉਹ ਦਰਾਹਾ ਜਿਹੜਾ ਆ ਜਿਹੜਾ ਪਟਿਆਲਾ ਵਾਲਾ ਦਾ ਇਹਨੇ ਬਹੁਤ
ਬਹੁਤ ਨੁਕਸਾਨ ਕਰਿਆ। ਇਹਦੇ ਬਿਨਾ ਬਸ ਫਿਰ ਦਰਾਹ ਜਿਹੜਾ ਪਟਿਆਲੇ ਦਸੋਂ 3 ਕਿਲੋਮੀਟਰ ਵਾੜ ਤਾ ਉਹ ਘੋੜੀ ਵਾਲਾ ਪਹੁੰਚ ਗਿਆ ਉੱਥੇ ਵੀ ਜੇ ਨਾ ਇੰਤਜ਼ਾਮ ਕਰਿਆ ਆ ਜਿਹੜੇ ਸਿੱਖਾਂ ਦੇ ਪਿੰਡ ਇੱਕ ਦਰਿਆ ਨਹਿਰ ਜੀ ਨੀਲੋਂ ਵਾਲੀ ਕਹਿੰਦੇ ਤੇਰੇ ਜਗਰਾਉਂ ਵੱਲੋਂ ਆਉਂਦੀ ਸੀ ਉਹ ਉਹਨਾਂ ਨੇ ਕਿਹਾ ਸਾਰਾ ਬੇੜ ਚੜਿਆ ਇਹ ਸਾਰਾ ਪਿੰਡ ਹੇਲੇ ਸਾਰੇ ਮਾਰ ਦੇਣਗੇ ਉਹ ਹੈਂ ਇੱਕ ਪਿੰਡ ਮਾਰਤਾ ਬਾਕੀ ਮਾਰ ਦੇਣੇ ਮਾਂ ਨੇ ਜਨਾਬ ਉਹਨਾਂ ਮਿਲਟਰੀ 2 ਟਰੱਕ ਭੇਜਤੇ ਹੁਣ ਮਿਲਟਰੀ ਵਾਲੇ ਜਿਹੜੇ ਆਏ ਉਹ ਸਾਤੇ 2 ਮੀਲ ਪਰ ਚਾਹੇ ਜੀ ਮੀਲ ਦਰਖਤ ਘੱਟਦੇ 2 ਮੀਲ ਪਰ ਖੜ ਗਏ ਇੱਧਰ ਵੀ ਜੇ ਅਸੀਂ ਵਿੱਚ ਗਏ ਇਹ ਸਾਨੂੰ ਪੈ ਗਿਆ ਸਭ ਖੋਲਣਗੇ ਇੰਨੀ ਦੁਨੀਆ ਉੱਥੇ ਮਾਰ ਦਾ ਕੋਈ ਜੀ ਨਹੀਂ ਛੱਡਿਆ ਫਿਰ 250 ਕਿਸੇ ਨੂੰ ਰਾਤ ਨੂੰ ਚੜ੍ਹਾਈ ਕਰਨੀ ਸੀ ਕੜਾ ਹਲਵਾ ਪਕਾਉਂਦੇ ਸੀ ਹਾਂ ਖੂਬ ਰਾਤ ਨੂੰ ਫਿਰ ਪਿਆਜ ਫਲਾਨੇ ਪਿੰਡ ਪਈ ਹੈ ਉਹ ਸਾਰੇ ਵੜਦੇ ਸੀ ਰਜੀਤ ਸਿੱਖ ਸਾਡਾ ਆੜੀ ਉਹ ਰਸਾਲ ਦਾ ਓਹਦੇ ਕੋਲ ਪੱਕੀ ਰਫਲ ਦੀ ਹਰਾਮ ਦੇ ਕੋ ਓਹਦੇ ਹੇਠ ਕੋਠੇ ਨੂੰ ਅੱਗ ਲਾ ਤੀ ਉੱਪਰ ਚਵਾਰਾ ਚਵਾਰੇ ਬੈਠਾ ਤਾ ਉਹ ਪਿਛੜਿਆ ਪੌੜੀ ਉਹਨੇ ਮਾਰੀ ਉੱਥੇ ਗੋਲੀ ਚੜ ਦਿੰਦੇ ਉਹ ਪੱਕੀ ਉਹਦੇ ਇੱਥੇ ਦੇ ਗੋਲੀ ਆ ਗਏ ਹੈਂ ਨਾਲੇ ਸਾਨੂੰ ਕਹਿੰਦੇ ਦੇਖ ਲਾ ਤੁਸੀਂ ਸਾਡੇ ਨਾਲ ਕਿਹੜੀ ਕਰਦੇ ਹੋ ਅੱਗੇ ਸਾਡੇ ਆੜੀ ਦੇ 2 ਮੀਟਰ ਨਾਲ ਤਾਂ ਸਾਨੂੰ ਆਮ ਲੋਕ ਸਾਡੇ ਪਿੰਡ ਬਹੁਤ ਮੰਨਦੇ ਤੇ ਸਾਡਾ ਪਿੰਡ ਬਹੁਤ ਤਗੜਾ ਪਿੰਡ ਤਾ ਜ਼ਮੀਨ ਬਹੁਤ ਸੀ ਸਿੱਖਾਂ ਦੇ ਪਤਨਾਲੇ ਵਿੱਚ ਨਿਆਣਿਆਂ ਨੇ ਉਹਦੇ ਹੱਡਾਂ ਮੂੰਹ ਹੱਟਦੇ ਨੇ ਮੂੰਹ ਛੱਡ ਹੱਡ ਸਿੱਖਾਂ ਦੇ ਉਹਨੇ ਮੰਨੇ ਜਾਣ ਸਾਡੇ ਕੋਲ ਆਉਣਾ ਦਰਿਆ ਪਰ ਬੇਟ ਨੂੰ ਕਹਿੰਦੀ ਨੀ ਆ ਕਣਕਾਂ ਪੜੀਆਂ ਤੇ ਉਹ ਮੁੰਡਿਆਂ ਨੇ ਲੜੀਆਂ ਲੈਣਾ ਸਿੱਖਾ ਸਰਦਾਰ ਉਹਦੇ ਮੂੰਹ ਲੈਣਾ ਹੈ ਬਸ ਉਹ ਜੀ ਉਹ ਪਿੰਡ ਅਸੀਂ ਵੱਢ ਕੇ ਦਿਨ ਫਿਰ ਸਾਡੇ ਪਿੰਡ ਪਹਿਲੇ ਪ੍ਰੋਗਰਾਮ ਹੋ ਗਿਆ ਉਹ ਫਿਰ ਉਹਨਾਂ ਨੇ ਫੈਲ ਖੋਲਤਾ ਟਰੱਕਾਂ ਵਾਲਿਆਂ ਨੇ ਫੈਲ ਉਹਨਾਂ ਨੇ ਨਾ ਤਾਂ ਹਵਾਈ ਕਰਿਆ ਹਵਾਈ ਐ ਕਰਨ ਤਾਂ ਹਵਾਈ ਹੋ ਜਾਏ ਐਂ ਕਰਨ ਜ਼ਮੀਨ ਚ ਲੱਗੇ ਬਸ ਉਹ ਫਿਰ ਸਾਡੇ ਉੱਪਰ ਕੋਠਾ ਐਂ ਗੋਲੀ ਲੰਘਦੀ ਗਈ ਲੱਗੀ ਕਿਸੇ ਦੇ ਉੱਪਰ ਲੰਘਦੀ ਨੇੜੇ ਦੀ ਦੁਨੀਆਂ ਭਾਜੀ ਸਾਡੇ ਨੂੰ ਇੱਕ ਉਹ ਨਹਿਰ ਪਰ ਪੁੱਲ ਦਾ ਪਟਦਾ ਵੀ ਕਿਤੇ ਮਾਂ ਚੋ ਗਾਹ ਨਾਲ ਲੈ ਜਾਣ ਗਏ ਟਰੱਕ ਲੈ ਜੀ ਪਟਿਆ ਆ ਗਿਆ ਆਪਣੇ ਪਿੰਡ ਬਾਪੇ ਦੂਏ ਦਿਨ ਅਸੀਂ ਆਪਣੇ ਨਿਆਣੇ ਦਾਦਰਾ ਗੱਡੀਆਂ ਪਰ ਪੈ ਗਿਆ ਖਤਰਾ ਉੱਥੋਂ 3 ਕਿਲੋਮੀਟਰ ਜਿਹੜਾ ਤੂੰ ਕਹਿੰਦੇ ਗੁਜਰਾਲ ਨਿਆਣੀਏ ਪਿੰਡ ਇਧਰਲੇ ਪਾਸੇ ਉੱਥੇ ਲੈ ਬਾਕੀ ਬੰਦੇ 15-20 ਜਵਾਨ ਜਵਾਨ ਪਿੰਡ ਦੇ ਇਸ ਪਾਸੇ ਬਹਿ ਗਿਆ ਦਰਿਆ ਦੇ ਕੰਢੇ ਵੀ ਸਿੱਖ ਇੱਧਰੋਂ ਅਸੀਂ ਪਾਰ ਟੱਪ ਜਾਵਾਂਗੇ ਹੈਂ ਇੱਧਰ ਆਉਣ ਦੇ ਸਿੱਖਾਂ ਨੇ ਇੱਧਰ ਦੱਸੀ ਸੀ ਮੁਸਲਮਾਨ ਤੇ ਬਸ ਉਹਨਾਂ ਨੇ ਫਿਰ ਜਨਾਬ ਇਕੱਠ ਕਰਦੇ ਰਹੇ ਆ ਗਿਆ ਛੋਟੀ ਕੋਈ ਬਾਗ ਦਾ ਰਾਣੇ ਮਲੀਰ ਦਾ ਉਹ ਬਾਗ ਦਾ ਆਪਣਾ ਇਕੱਠ ਕਰਿਆ ਕਰਕੇ ਮੀਆਂ ਪੈ ਗਿਆ ਫਿਰ ਹਰਦਾਂ ਦੇ ਕੋੜੀਆਂ ਕਸਕੋੜੇ ਹੈਂਜੇ ਰਸਾਲੇ ਕੋਠੇ ਨੂੰ ਅੱਗ ਲਾ ਕੁੱਪਾਂ ਨੂੰ ਲਾ ਚਾਰ ਸਵੇਰ ਪਿੰਡ ਕੋੜੇ ਫੇਰਦੇ ਇਹ ਫਿਰ ਬੰਦੇ ਤੇ ਮਲਬਾ ਖੜਨੇ ਬੈਠੇ ਤੇ ਇਹ ਪਾਰ ਟੱਪ ਕੇ ਚੜ ਰਹੇ ਦਰਿਆ ਸਾਡੇ ਕੋਲ ਅਜੇ ਵੀ ਕੱਢੇ ਜੋੜ ਲਿਆ ਫਿਰ ਪਰੇ ਨੂੰ ਦੂਜਿਆਂ ਨੇ ਕੈਂਪ ਤਾ ਫਿਰ ਉਹ ਸਾਨੂੰ ਟੋਲਦੇ ਰਹੇ ਸਿੱਖ ਮਿਹਰਬਾਨ ਪਿੰਡ ਹੈ ਇੱਕ ਮਾਂਗਰਾਂ ਪਿੰਡ ਦਾ ਇੱਥੇ ਮੱਤੇ ਵਾਲੇ ਕੋਲ ਉੱਥੇ ਆ ਕੇ ਅਸੀਂ ਦੁਪਹਿਰ ਰਾਤ ਰਹੇ ਸਵੇਰ ਰੋਟੀ ਖਾਈ ਵੀ 8-9 ਵਜੇ ਪਕਾਉਣ ਲੱਗੇ ਜਦ ਨੂੰ ਮੀਆਂ ਇੱਕ ਸਾਡੇ ਬੋਣਾ ਆਉਂਦਾ ਤਾ ਉਪਲਾ ਉਪਲਾ ਦਾ ਹੈ ਉਪਲਾ ਪਿੰਡ ਦਾ ਕੱਪੜੇ ਵਿੱਚ ਮਾਰ ਜਾਂਦੇ ਬੋਣੇ ਕਹਿੰਦੇ ਉਹਨਾਂ ਨੂੰ ਉਹਨਾਂ ਨੇ ਵਿੱਚ ਬਾਹਰੇ ਵੀ ਮੈਂ ਜਾਣਦਾ ਕੂਮ ਵਾਲਿਆਂ ਨੂੰ ਅਸੀਂ ਲੋਕਾਂ ਨੂੰ ਕਹਿ ਤਾ ਤੂੰ ਸਾਨੂੰ ਜਾਣਦਾ ਵੀ ਜੇ ਅਸੀਂ ਮੂਹਰੇ ਤੂੰ ਕਹਿੰਦੀ ਪਿੱਛੇ ਹੈ ਜੇ ਤੈਨੂੰ ਪੁੱਛਣ ਕਿੱਥੇ ਕੂਮ ਵਾਲਿਆਂ ਕੱਢੇ ਤੂੰ ਜੇ ਅਸੀਂ ਪਿੱਛੇ ਹੈ ਤਾਂ ਮੂਹਰੇ ਕਹਿੰਦੀ ਜੇ ਬਾਗ ਵਧੇ ਬਾਗ ਵਧੇ ਸਾਨੂੰ ਦੱਸੋ ਦੁਨੀਆਂ ਕਰੋੜਾਂ ਗੱਡਾ ਤਾਂ ਬਾਗ ਬੰਦਿਆਂ ਨੂੰ ਪੁੱਛਿਆ ਦੱਸਦਾ ਸੀ ਵੀ ਸਾਨੂੰ ਇਹ ਨਾ ਕਹਿ ਦਿਓ ਵੀ ਆ ਗਏ ਮੂਹਰੇ ਜਾਂਦੇ ਪਿੱਛੇ ਜਾਂਦੇ ਨੇ ਹੈ ਉੱਥੇ ਉਹ ਮੂਹਰੇ ਫਿਰ ਕੇ ਆਇਆ ਉੱਧਰ ਕੈਂਪ ਵਾਲਾ ਉੱਥੇ ਆ ਗਏ ਉਹ ਫਿਰ ਪਿਛਲੀ ਟਰਾਕੀ ਵਾਲੀ ਸੀ ਬੈਗਨ ਜਿਹੜੀ ਟਰਾਕੀ ਪਿੱਛੇ
ਉਹ ਪਿੱਛੇ ਨੂੰ ਬੋਣ ਦਾ ਮੂੰਹ ਸਾਡੇ ਵੱਲ ਨੂੰ ਹੈ, ਹੁਣ ਬੋਣੇ ਤਾਂ ਅਸੀਂ ਵੀ ਜਾਣਦੇ, ਸਾਨੂੰ ਜਾਣਦਾ ਤਾਂ ਉਹਨੇ ਉਹ ਸਿੱਖਾਂ ਦਾ ਮੂੰਹ ਇੱਧਰ, ਉਹਨੇ ਮਤਲਬ ਵੀ ਕਿਹਾ ਹੱਥ ਮਾਰੇ ਭੱਜ ਜਾਓ, ਸਾਡਾ ਫਾਇਦਾ ਕਰ ਰਿਹਾ, ਕਹਿੰਦਾ ਭੱਜ ਜਾਓ, ਇਸ਼ਾਰਾ ਕਰਤਾ, ਆਟੇ ਗੁੰਨੇ ਗਣਾਏ ਸੀ ਗੱਡੀਆਂ ਪਰ ਰੱਖ ਲਏ, ਰੋਟੀ ਨੀ ਪਕਾਈ ਉੱਥੇ, ਬਸ ਕੰਮ ਪੁੱਛਦੇ ਨੇ ਮੇਰੇ ਤਾਂ ਕੰਮ ਪੰਜਾਬ ਵਾਲੇ ਇਹ ਆਇਆ। ਫਿਰ ਅਸੀਂ ਉੱਥੇ ਉਸ ਆ ਗਿਆ 5-7 ਦਿਨ ਇੱਧਰ ਨੂੰ ਪੱਕੇ ਖੂਹ ਆ ਗਏ ਸਮੁੰਦਰੀ 'ਚ, ਉੱਥੇ 8 ਦਿਨ ਰਹੇ। ਫਿਰ ਮੀਆਂ ਡਿਪਟੀ ਸਾਹਿਬ ਜਿਹੜਾ ਤਾਂ ਇੱਥੇ ਲੱਗਿਆ ਆ ਸਾਡਾ ਬੱਫੇ ਔਲੀ ਔਲੀ ਲੋਕ ਇੱਥੇ, ਇਹਨੇ ਏਡੀ ਕਿਸੇ ਬੰਦੇ ਨੇ ਮਰਦ ਮਾਨਸਿਕ ਕਰਨੀ ਹੋਣੀ ਹੈਗੀ, ਨਾ ਕਲੀ ਆ ਪਿੱਛੇ ਗਾਂ ਦਾ ਪਤਾ ਨਹੀਂ, ਨੀ ਲੋਕਾਂ ਨੇ ਕੋਈ ਆਪਣੇ 2 ਬੰਦੇ ਬਿਠਾ ਲਿਆ, ਕੋਈ 4 ਬਿਠਾ ਲਿਆ, ਇਹਨੇ ਸਾਰਾ ਪਿੰਡ ਇੱਕ ਚ ਹਿੰਦੂ ਠਾਣਦਾਰ ਦਾ ਬ੍ਰਾਹਮਣ ਇੱਕ ਮੁਸਲਮਾਨ ਤਾਂ ਹੈ, ਇਹਨੇ ਜਨਾਬ ਉਹਨਾਂ ਨੂੰ ਕਿਹਾ ਵੀ ਇਸ ਪਿੰਡ 'ਚ ਕੋਈ ਬੰਦਾ ਨਾ ਵੜੇ, ਮੇਰੇ ਬੰਦੇ ਆਉਣਗੇ। ਮਾਲਕ ਨੇ ਕਿਹਾ ਨਾ ਤਾਂ ਨਹੀਂ ਇਹ ਪਿੰਡ ਲੈ ਵਧੀਆ, ਇਹ ਤਾਂ ਰੋਡ ਪਹਿਲਾਂ ਸਾਨੂੰ ਤਾਂ ਪਹਿਲਾਂ ਰੋਡ ਹੈ ਪੁਰਾਣਾ, ਸਾਨੂੰ ਕੋਈ ਤਕਲੀਫ ਨਹੀਂ ਹੋਈ। ਬਾਈ ਗਏ ਮਕਾਨ ਆਪੋ ਵਿਚਾ ਤੇਰਾ ਮੇਰਾ ਆਹਦਾ ਬਾਹਰ ਨਾ ਆਪਾਂ ਵਿਗੜੀ ਅੰਦਰ ਦੀ ਲੈ ਜੀ। ਆ ਕਮੀਆਂ ਦਾ ਇੱਕ ਬੰਦਾ ਤਾਂ ਸਿਆਣਾ ਬਾਬੂ ਉਹ ਬੜਾ ਸ਼ਰਾਰਤਾ, ਉਹਨੇ ਫਿਰ ਦੱਸੀ ਜਾਣੀ ਜਾਂ ਫਲਾਣੇ ਡਿਪਟੀ ਸਾਹਿਬ ਨੇ ਕਹਿਣਾ ਬੰਦੇ ਵੀ ਤੂੰ ਇਹ ਬਿਠਾਣ ਬੰਦਿਆਂ ਦੇਖ ਦੇ ਖਾਤਿਆਂ 'ਚ ਹੈ। ਬਸ ਰਾਤ ਸਾਨੂੰ ਟੋਬੇ ਰੱਖਿਆ ਸਵੇਰ ਟੰਗ ਜਿਹੜਾ ਇਸ ਪੇਜ 'ਤੇ ਬਾਪੇ ਇੱਥੇ ਲੋਕ ਆਈ ਗਏ, ਆਓ ਜ਼ਮੀਨ ਤੇਰੀ ਉਹ ਤੇਰੀ ਉਹ ਤੇਰੀ ਉਹ ਤੇਰੀ, ਕੋਈ ਖਾਸ ਸਾਨੂੰ ਤਕਲੀਫ ਨਹੀਂ ਹੋਈ, ਉਹ ਉੱਧਰ ਵੀ ਨਹੀਂ ਹੋਈ। ਅੱਛਾ ਤੇ ਜਿਹੜੇ ਤੁਹਾਨੂੰ ਜਿਹੜਾ ਹਾਤਾ ਤੁਹਾਨੂੰ ਮਿਲਿਆ ਜੇ ਸਰਦਾਰ ਦਾ ਜਿਹਦੀ ਜਗ੍ਹਾ ਤੁਹਾਨੂੰ ਮਿਲੀ ਹਾਂ ਇੱਥੇ ਇੱਥੇ ਉਹ ਕਿਹਦਾ ਸੀਗਾ? ਆ ਅੱਲਾ ਸਾਡੇ ਖੇਤ 'ਚ ਹੈ, ਇਹਦੇ ਮੂਹਰੇ ਸਾਡੇ ਮਾਲ ਦਾ ਜੀ ਜਾਂ ਦੱਦਾ ਸਾਡੇ ਮੁੰਡੇ ਵਾਸਤੇ। ਅੱਛਾ ਅਗਲਾ ਬਾਹਰ ਵਾਲਾ ਹੈ ਇਹਦੀ ਸਿੱਖਾਂ ਦਾ, ਤਾਂ ਇਹਦੇ ਮੂਹ ਦਾ ਹੱਥ ਸਾਨੂੰ ਮਿਲਿਆ ਤਾਂ ਪੌਣਾ ਹੱਥਾਂ ਦਾ ਕਨਾਰ ਦਾ ਘੱਟਦਾ, ਉਹ ਸਿੱਖ ਨਵੇਂ ਆਏ ਤੇ ਬਾਅਦ 'ਚ ਆਏ ਤੇ ਇੱਥੇ ਪਿੰਡ 'ਚ। ਅੱਛਾ ਇਹ ਬਾਕੀ ਲੈਣ ਕੰਮੀਆਂ ਦੀ ਸਾਰੀ ਤੇ ਉਹ ਤੇਜ਼ੀ ਪੈ ਚੇ ਦੋਵੇਂ ਉਹ ਗਲੀ ਜਿਹੜੀ ਆਹ ਗਲੀ ਨੇ ਅਗਲੀ ਗਲੀ ਜਿਹੜੀ ਆਏ ਨੂੰ ਉਹ ਨੁਕਰ ਵਾਲਾ ਹੱਥ ਸਾਡਾ ਹੈ ਪਹਿਲਾਂ। ਫਿਰ ਅਸੀਂ ਉਹ 'ਚ ਮੇਰਾ ਵੀ ਸ਼ਾਦੀ ਨਹੀਂ ਹੋਈ, ਦੂਏ ਮੇਰੇ ਵੱਡੇ ਵੀ ਇੱਧਰ ਆ ਕੋਈ ਠਾਣਦਾਰ ਦੇ ਖੋੜੇ ਨਾਲ ਵਿਆਹ ਕੇ ਨਹੀਂ, ਉਸ ਸਰਦਾਰ ਦਾ ਨਾਂ ਯਾਦ, ਉਸ ਸਰਦਾਰ ਦਾ ਨਾਂ ਯਾਦ ਆ ਵੀ ਜਿਹਦਾ ਹੱਥ ਮਿਲਿਆ? ਹਾਂ ਨਾਂ ਦੱਸੋ ਤਾਂ। ਉਹਨਾਂ ਦਾ ਨਾਂ ਦਲੀਪ। ਅੱਛਾ ਦਲੀਪ ਸਿੰਘ ਸੀਗਾ। ਦਲੀਪ ਸਿੰਘ ਅੱਛਾ ਜਿਹੜਾ ਹੱਥ ਜਿਹੜਾ ਹੱਥ ਆ ਤੁਹਾਨੂੰ ਮਿਲਿਆ? ਹਾਂ ਜਾਗਰ ਸਿੰਘ। ਅੱਛਾ ਤਿੰਨ ਭਾਈ ਜੀ ਹੋ ਬੜੇ ਜਵਾਨ ਤੇ ਮਾਂ ਰੰਡੀ ਦੇ ਪੁੱਤੇ। ਅੱਛਾ ਹਾਂ ਉਹ ਤਾਂ ਜੈਲਦਾਰ ਦੇ ਘਰ ਮੂਹਰੇ ਜਾ ਕੇ ਮੂਹ ਦੇ ਉਹ ਮਨਸਾ ਸਿੰਘ ਜੀ ਦੇ। ਗਾਦੀ ਮੀਆਂ ਸਿੰਘ ਹੈ ਉਹ ਪੰਜਾਬ ਵਾਲੇ ਰਾਜ। ਅੱਛਾ ਉਹ ਸਾਨੂੰ ਪਾਉਣਾ ਮੁਰੱਬਾ ਮਿਲਿਆ ਜੀਆਂ ਮੁਤਾਬਕ ਕਿੱਦਾਂ ਮਿਲਦਾ ਤਾ, ਫਿਰ ਉੱਧਰ ਪਾਣੀ ਥੋੜਾ ਦਾ ਜਦ ਫਿਰ ਥੋੜੀ ਜਿਹੀ ਪਿਛਲੀ ਜ਼ਮੀਨ ਆਈ ਹੈ ਫਿਰ ਆ ਪਿੰਡ ਦੇ ਨਾਲ ਮੁਰੱਬਾ ਦਾ ਸੀ ਇੱਥੇ ਪਾ ਲਿਆ ਲਿਆ ਕੇ ਉਹ ਚਾਰ ਮੁਰੱਬੇ ਜਾਣ ਨਾਲ ਉੱਧਰ ਪਾਣੀ ਤੋਂ ਇਹ ਇਹ ਮੋਗਾ ਬੜਾ ਤਾ। ਅੱਛਾ ਜਿਹੜਾ ਮੀਆਂ ਸਿੰਘ ਵਾਲੀ ਹਵੇਲੀ ਸੀਗੀ ਹਾਂ ਉਹ ਕਿੱਦਾਂ ਦੀ ਸੀਗੀ ਉਸ ਵੇਲੇ? ਦੇਰੀ ਦੀ ਬਣੀ ਮੂਹਰੇ ਗੇਟ ਲੱਗਿਆ ਤਾਂ ਖੁੱਲ੍ਹਾ ਤਾਂ ਬੜਾ। ਅੱਛਾ ਮੀਆਂ ਸਿੰਘ ਦਾ ਆਹ ਹੱਥ ਅੱਜ ਆਹ ਜਿਹੜਾ ਮਰਬਾ ਹੈ ਇਹ ਹੈ ਮਹਿੰਗਾ ਦਾ ਨਾ ਭੈਣ ਤੇ ਮਿੱਠੂ ਪਰ ਮਹਿੰਗੇ ਦਾ ਤਾਂ ਬਾਗ ਹੈ ਮੈਂ ਜੀ ਅਤੇ ਦਲੀਪ ਦਾ ਆਹ ਮਰਬਾ ਮੂਹ ਦਾ ਪਰਲਾ ਆਹ 26 ਮਰਬਾ ਦਲੀਪ ਹੱਥਾਂ ਉਹਦਾ ਅਖਬਾਰ ਲੰਬੜਦਾਰ ਕੋਲ ਹੈ ਜੀ ਕਾਫਲੇ ਚ ਆਏ ਨੇ ਜਗਰਾਮ ਵੱਲ ਦੀ ਗੱਡਾ ਜੋੜ ਕੇ ਬਹੁਤ ਲਿਆਂਦੇ ਤੇ ਘੋੜੀ ਆ ਗਈ 2 ਬਾਕੀ ਡੰਗ ਤੋਂ ਸੁੱਟ ਗਏ ਤੇ 2 ਘੋੜੀਆਂ 2 ਬਹੁਤ। ਅੱਛਾ ਤੁਸੀਂ ਕਿੱਦਾਂ ਆਏ ਸੀਗੇ? ਅਸੀਂ ਰੇਲ 'ਚ
ਕਿੱਥੋਂ ਬੈਠੇ ਸੀ ਰੇਲ ਗੱਡੀ ਵਿੱਚ? ਉੱਥੇ ਲੁਧਿਆਣਾ ਕੈਂਪ ਚੋਂ ਬਹਿ ਕੇ ਜਨਾਬ ਅਸੀਂ ਬੈਠੇ ਇਸ ਵਕਤ ਸ਼ਾਮ ਦੇ ਦਿਨ ਛਪਾਨ 6 ਵਜੇ ਅੱਛਾ ਤੇ ਗੱਡੀਆਂ ਵੀ ਮਾਸ ਲੱਗਦੇ ਮੈਨੂੰ ਤਾਂ ਛਿਗੜੇ ਜਿਹੇ ਤੇ ਹੈ ਜੀ ਅੱਗੇ ਵੱਢ ਕੇ ਗੱਡੀਆਂ ਮੋੜ ਦਿੱਤੀਆਂ ਬਹੁਤ ਉੱਥੇ ਕਿੱਥੇ ਕਰਕੇ ਅੰਮ੍ਰਿਤਸਰ ਅੰਮ੍ਰਿਤਸਰ ਵੱਡੀਆਂ ਗੱਡੀਆਂ ਤੇ ਫਿਰ ਬਹੁਤ ਗੱਡੀਆਂ ਵੱਡੀਆਂ ਨਾਲ ਸਿਕਾਣ ਅੱਛਾ ਫਿਰ ਸਾਡੀ ਉਸ 2 ਘੰਟੇ ਖੜੀ ਰਹੀ ਆ ਕੇ ਅੱਛਾ ਲੁਧਿਆਣਾ ਚੱਲ ਕੇ ਜਲੰਧਰ ਆਉਣਾ ਜਲੰਧਰੋਂ ਹੁਸ਼ਿਆਰਪੁਰ ਹੁਸ਼ਿਆਰਪੁਰੋਂ ਅੰਮ੍ਰਿਤਸਰ ਅੰਮ੍ਰਿਤਸਰ ਆ ਗੱਡੀ ਸਾਡੀ ਖੜੀ ਹੋਈ ਅੱਛਾ ਰਾਤ ਦਾ 2 ਦਾ ਵਕਤ ਆ ਬੜਾ ਬੱਟ ਬੜੀ ਘਬਰਾਹਟ ਕੋਈ ਪਾਣੀ ਦਾ ਇੰਤਜ਼ਾਮ ਨਾ ਔਖੇ ਸੌਖੇ ਫਿਰ ਖੈਰ ਅੱਲਾ ਨੇ ਆਸਾਨ ਕਰਿਆ ਅਸੀਂ ਜਨਾਬ ਉਹਦੇ ਪਰ ਗੱਡੀ ਚ ਤੁਰ ਪਈ ਬਾਜਾ ਰੋਲਾ ਹੋਈਆਂ ਪੈ ਫਟੀਆਂ ਨਾ ਅਸੀਂ ਇੱਥੇ ਅਟਾਰੀ ਆ ਗਏ ਆਪਣੇ ਪਾਕਿਸਤਾਨ ਚ ਇੱਥੇ ਫਿਰ ਨਾਰੇ ਮਾਰਨ ਲੱਗਾ ਪਾਕਿਸਤਾਨ ਜਿੰਦਾਬਾਦ ਛੋੜ ਦੇ ਕੋਈ ਦੇਵੇ ਕੋਈ ਕੁਛ ਦੇਵੇ ਗੱਡੀ ਲਈ ਫਿਰ 2 ਘੰਟੇ ਦੇ ਬਸ ਇਹ ਸ਼ਾਮ ਤੇ ਬੈਠ ਕੇ ਸਵੇਰ ਨੂੰ ਆ ਗਏ ਸਵੇਰ ਨੂੰ ਇੱਧਰ ਰਾਤੋ ਰਾਤ ਜਾ ਗਏ ਅੱਛਾ ਫਿਰ ਇੱਦਾਂ ਅੱਗੇ ਆ ਗਏ ਹੈ ਇੱਥੇ ਫਿਰ ਅੱਗੇ ਆ ਗਏ ਸੀਗੇ ਫਿਰ ਲਾਹੌਰ ਤੋਂ ਅੱਗੇ ਫਿਰ ਕਿੱਦਾਂ ਗਏ ਫਿਰ ਲਾਹੌਰ ਆ ਗਏ ਅੱਛਾ ਲਾਹੌਰ ਉੱਥੇ 2 ਦਿਨ ਰਹਿ ਕੇ ਕੈਂਪ 'ਚ ਰੋਟੀ ਮਿਲਦੀ ਹੈ ਠੀਕ ਆ ਉੱਥੇ ਅਸੀਂ ਬੰਦੇ 2 ਚਲ ਗਏ ਬਾਕੀ ਜੀ ਤਾਂ ਅਸੀਂ 30-40 ਥੇ ਅੱਛਾ ਲਾਹੌਰ ਉੱਥੇ ਗਏ ਕੈਂਪ ਵਿੱਚ ਸ਼ਹਿਰ 'ਚ ਅਸੀਂ ਸਟੇਸ਼ਨ ਵਾਲੇ ਥੋਂ ਜ਼ਿਆਦਾ ਉਹਦੇ ਬੈਠੇ ਲੜੇ ਜਾ ਚੁੱਕੇ ਅੱਛਾ ਉੱਥੇ ਗਏ ਕੰਪ ਉੱਥੇ ਗਏ ਅਸੀਂ ਉੱਥੇ ਚਲੇ ਗਏ ਉੱਥੇ ਕਤਾਰ ਲੱਗੀ ਉਹ ਕਹਿੰਦੇ ਜੀ ਇੱਥੇ ਜੀ ਆ ਇੱਥੇ ਬਹਿ ਖਾਵੋ ਅਸੀਂ ਕਦੇ ਖਾਣੀ ਹੋਣੀ ਅਸੀਂ ਸੋਚ ਜੀ ਨੂੰ ਕਿਤੇ ਦਿੱਤੀ ਬਸ ਫਿਰ ਅਸੀਂ ਲੈ ਕੇ ਉੱਥੇ 2 ਦਿਨ ਰਹੇ ਪੀਏ ਫਿਰ ਸਾਡੇ ਰਿਸ਼ਤੇਦਾਰ ਤੇ ਆ ਪੱਕੇ ਖੂਹ ਅੱਧਣਾ ਮਜ਼ਲਾ ਬਾਗ ਜੈਸਣ ਖਜਵਾਣੀ ਕੋਲ ਬਾਪੇ ਉੱਥੇ ਰਾਤ ਨੂੰ ਬਹਿ ਗਿਆ ਕਿਹੜਾ ਗੱਡੀਆਂ ਟਾਈਮ ਤੇ ਸਵੇਰ ਨੂੰ ਦਿਨ ਚੜੇ ਸੂਰਜ ਚੜ੍ਹਦੇ ਘੰਟੇ ਨਾਲ ਤਰ ਪਈ ਹੌਲੀ ਹੌਲੀ ਫਿਰ ਸ਼ੇਖੂਪੁਰੇ ਦੀ ਐਂ ਬਦਲੀ ਤਾਂ ਬਦਲੀ ਫਿਰ ਉੱਥੇ ਰਸਤੇ 'ਚ ਇੱਕ ਦੇਖਿਆ ਵੀ 10-15 ਡਾਲ ਵਾਲੇ ਲੋਕਾਂ ਨੇ ਡਾਲ ਕੇ ਉਹਦੇ ਉੱਪਰ ਰੱਖ ਲੈਣਾ ਗੋਲ ਰੋਟੀਆਂ ਰੋਟੀਆਂ ਰੱਖ ਕੇ ਗੋਸ਼ਤ ਦੀਆਂ ਦੇਗਾਂ ਪਕਾ ਕੇ ਰੱਖ ਦੇਣੀਆਂ ਗੱਡੀ ਬਗੈਰ ਸਟੇਸ਼ਨ ਤੇ ਹੀ ਫਿਰ ਉਹਨਾਂ ਜਾਂਗੜੀਆਂ ਨੇ ਰੱਖ ਦੇਣਾ ਸਮਾਨ ਫਿਰ ਉਹਨੇ ਹੱਥ ਗੱਡੀਆਂ ਗੱਡੀ ਵਾਲੇ ਰੋਕ ਲੈਣੀ ਅਸੀਂ ਪਾਕਿਸਤਾਨ 'ਚ ਲੋਕ ਭੁੱਖੇ ਤੇ ਕੋਈ ਕਿਸੇ ਦੁੱਖ ਨੂੰ ਲੱਭਦਾ ਤਾ ਲੱਭਦਾ ਤਾ ਬਾਪੇ ਉੱਤਰ ਕੇ ਚੜ੍ਹਾ ਚੜ੍ਹ ਕੇ ਬਾਲਟੀ ਤੋਂ ਸਾਧਨ ਦੀ ਪਾਲੀ ਰੋਟੀਆਂ ਥੱਬਾ ਚੱਕ ਲਿਆ 5-10 ਜੀ ਵਾਲਾ ਖਰਚਾ ਇਹ ਕਰਕੇ ਫਿਰ ਕੁਜਵਾਣੀ ਅਸੀਂ ਦੇਖ ਲਾ ਉੱਥੋਂ ਚੱਲੇ ਲਾਹੌਰ ਕੁਜਵਾਣੀ ਅਸੀਂ ਇਸ਼ਾ ਬਖਤ ਹੈ ਇੱਥੇ ਮਜਲਾ ਬਾਗ ਹੌਲੀ ਹੌਲੀ ਤੁਰਦੀ ਗੱਡੀ ਇੱਥੇ ਪਏ ਨਾ ਲੋਕਾਂ ਦਾ ਇੰਤਜ਼ਾਮ ਥਾ ਇਹ ਰਾਜਪੂਤ ਨੂੰ ਰਿਸ਼ਤੇਦਾਰੀ ਆਪਣੇ ਆਪਣੇ ਥਾਂ ਲੋਕ ਆਉਂਦੇ ਨਾ ਪਿੱਛੇ ਡਰਿਓ ਪਨਾਹ ਲੈਂਦੇ ਤੇ ਆ ਕੇ ਫਲਾਣਾ ਬੰਦਾ ਫਲਾਣਾ ਤਾਂ ਉੱਥੇ ਚੱਲੀਏ ਕੋਈ ਹੀਲਾ ਬਣ ਜੂ ਕੋਈ ਕਹਿੰਦੇ ਤੇ ਅਸੀਂ ਕਿਤੇ ਬਸਾਂਗੇ ਲੈ ਜੀ ਬਾਪੇ ਇਹਨਾਂ ਨੇ ਗੱਡੇ 4 ਭੇਜ ਦੇਣ ਸਟੇਸ਼ਨ ਮੀਲ ਕਬਾੜ ਦੇ ਇਹਨਾਂ ਦੇ ਫਿਰ ਹਾਕਾਂ ਮਾਰਨੀਆਂ ਜਿੱਥੇ ਨੇ ਰਿਸ਼ਤੇਦਾਰ ਪਿੰਡਾਂ ਦੀਆਂ ਵੀ ਕੋਈ ਫਲਾਣੇ ਪਿੰਡ ਦਾ ਗੱਡੀ ਮੂਹਰੇ ਗੱਡੇ ਕਢਾ ਖਾਕਾ ਮਾਰਨੇ ਗੱਡੀ ਖੜੀ ਹੈ ਫਿਰ ਲੋਕਾਂ ਨੇ ਮੇਰੇ ਪਿੰਡ ਮੈਂ ਚਲੇ ਜਾਣਾ ਕੋਲ ਬਹਿ ਜਾਓ ਹੈ ਫਿਰ ਗੱਡੀਆਂ ਬਿਠਾਲ ਕੇ ਪਿੰਡ ਲੈ ਜਾਣੇ ਪਿੰਡ ਲਿਆ ਕੇ ਰਿਸ਼ਤੇਦਾਰ ਨਾਲ ਗਰਮ ਆ ਗਿਆ ਫਿਰ ਕਣਕ ਟੁੱਟੀ ਰੋਟੀ ਦੀ ਅੰਦਰ ਭਰ ਲਿਆ ਡਬਲ ਬੋਰੀਆਂ ਦਾ ਉੱਥੋਂ 1 ਬੋਰੀ ਕਿਹਦਾ ਮਸ਼ੀਨਾਂ ਤਾਂ ਹੈ ਨਸੀਆਂ ਖਰਾਸ ਪਰ ਚਾਹੀਦਾ ਅੱਜ ਵਾਰੀ ਟਾਈਮ ਪੀ ਕੇ ਰੱਖ ਲਈ ਮਸਜਿਦ 'ਚ ਦਿਨ ਮੇਰੀ ਵਾਰੀ ਹੈ ਉਹ ਪੀ ਪੀ ਰੱਖੀ ਜਾਣੀਆਂ ਮੁੜ ਕੇ ਜਨਾਬ ਫਿਰ ਸਵੇਰ ਨੂੰ ਜੀ ਤੇਰੇ ਦੱਸਣ ਇੰਨੇ ਜੀ ਦਾ ਆਟਾ ਤੈਂ ਸਵੇਰ ਨੂੰ ਜਾਣਾ ਹੈ ਤੇ ਰਿਸ਼ਤੇਦਾਰ ਹੋਣ ਮਸੀਹ 'ਚ ਤੂੰ ਗੱਡੀਆਂ 'ਚ ਤਾਂ ਅਸੀਂ ਆਏ ਨੀ ਫਿਰ ਉੱਥੋਂ ਤੇ ਉੱਥੇ 100 ਰੁਪਇਆ ਦੇ ਕੇ 25-25 ਰੁਪਏ ਨੂੰ ਗੱਡੇ ਕਰਾ ਲੈ ਮਰੀਜ਼ ਵਾਲੇ ਜੀ ਹੈ
ਇੱਧਰ ਜਿਹੜੇ ਬੰਦੇ ਸਿਆਏ ਤੇ ਪਹਿਲਾਂ ਸਾਡੇ ਉਹ ਉਹਨਾਂ ਨੂੰ ਪਤਾ ਦੱਸਿਆ ਕਿਸੇ ਨੇ ਕਿ ਐਂ ਜਾਓ ਤੁਰ ਕੇ ਜਾਓ ਤੁਸੀਂ ਜੀ ਗੱਡੀ ਸ਼ੋਰਕੋਟ ਆਉਂਗੇ ਫਿਰ ਟੋਭੇ ਆਉਂਗੇ ਹੈਂ ਵੀ ਇਹਦੇ ਨਾਲ ਹੁਣ ਆ ਪਾਗਲ ਕਾਹਠ ਅਨਾਹਠ ਗਾਹਾਂ ਫਲੌੜੀਆਂ ਵਾਲਾ ਇਹ ਫਿਰ ਪੁੱਛਦੇ 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 ਰਾਤ ਰਹੇ ਬੰਨਵੇਂ ਅਣਜਾਣ ਤੇ ਕਦੇ ਇੱਧਰ ਨੂੰ ਚਲ ਜਾਣਾ ਕਦੇ ਆਇਆ ਤਾਂ ਚਾਰ ਘੰਟੇ ਦੀ ਬਾਹਰ ਰਾਤ ਆਏਗਾ ਦਸ ਬਾਰਾਂ ਮੀਲ ਬਾਟ ਹੈ ਉੱਥੇ ਜ਼ੈਲਦਾਰ ਦਾ ਡੇਰਾ ਸੜਕ ਦੇ ਨਾਲ ਬੰਨਵੇਂ ਉੱਥੇ ਰਾਤ ਇਹਨੇ ਕੱਠੀ ਤਿੰਨਾਂ ਬੰਦਿਆਂ ਨੇ ਰਾਤ ਉਹਨੇ ਮੰਜੇ ਦਿੱਤੇ ਰੋਟੀ ਵੀ ਨਹੀਂ ਦਿੱਤੀ ਫੇਰ ਗੱਲਾਂ ਕਹਿੰਦਾ ਜੇ ਕੋਈ ਮੈਂ ਚੇਨਾ ਕਰਦਾ ਫਿਰ ਜ਼ੈਲਦਾਰ ਤੇ ਮੇਰਾ ਬੜਾ ਭਾਈ ਤਾ ਵਾਪਸ ਸਾਡਾ ਇੱਥੇ ਲੈ ਗਿਆ ਫਿਰ ਆ ਕੇ ਉਹ ਫਿਰ ਜਨਾਬ ਉਹਨਾਂ ਫਿਰ ਸਾਨੂੰ ਮੈਂ ਭੇਜੀ ਤਾਈ ਸੂਈ ਨਾ ਉਹ ਜ਼ੈਲਦਾਰ ਨੇ ਫਿਰ ਮੈਂ ਭੇਜੀ ਸੜਕ ਇੱਥੇ ਆ ਬੰਨਨੇ ਤੇ ਬਸ ਏਦਾਂ ਬਥੇਰਾ ਕੁਛ ਹੁੰਦਾ ਗਿਆ ਬਸ ਠੀਕ ਹੈ ਹੁਣ ਚਾਹ ਪੀ ਲਓ ਪੀ ਲੈਂਦੇ ਚਾਹ ਵੀ ਪੀ ਲੈਂਦੇ ਹਾਂ।